ਰੇਡੀ ਫਾਟਿਕ ਚੱਕਰਵਰਤੀ ਪਿੰਡ ਦੇ ਮੁੰਡਿਆਂ ਦਾ ਮੋਹਰੀ ਸੀ ਡੰਡੀ ਇੱਕ ਦਿਨ ਉਸ ਨੂੰ ਨਵੀਂ ਸ਼ਰਾਰਤ ਸੁਝੀ ਡੰਡੀ ਦਰਿਆ ਦੇ ਬਰੇਤੇ ਉੱਤੇ ਇੱਕ ਭਾਰੀ ਗੇਲੀ ਪਈ ਸੀ ਡੰਡੀ ਇਸ ਗੇਲੀ ਤੋਂ 베ੜੀ ਦਾ ਖੰਭਾ ਘੜਿਆ ਜਾਣਾ ਸੀ ਡੰਡੀ ਉਸ ਨੇ ਏ ਬਿਆਉਤ ਬਣਾਈ ਕਿ ਇਸ ਗੇਲੀ ਨੂੰ ਜੋਰ ਲਾ ਕੇ ਰੇਡ ਲਿਆ ਜਾਵੇ ਤੇ ਆਪਣੀ ਹਣ ਵਾਲੀ ਥਾਂ ਤੋਂ ਦੂਰ ਲੈ ਜਾ ਕੇ ਛੱਡ ਦਿੱਤਾ ਜਾਵੇ ਡੰਡੀ ਗੇਲੀ ਦਾ ਮਾਲਕ ਗੇਲੀ ਨੂੰ ਨਾ ਵੇਖ ਨਾਲੇ ਹੈਰਾਨ ਹੋਵੇਗਾ ਨਾਲੇ ਗੁੱਸੇ ਨਾਲ ਪਿਆ ਚੱਗ ਸੁਟੇਗਾ ਅਤੇ ਇਹ ਸਾਰੇ ਉਸ ਦਾ ਮੌਜੂ ਬਣਾ ਕੇ ਹੱਸ ਹੱਸ ਦੋਹਰੇ ਹੋਣਗੇ ਡੰਡੀ ਸਾਰਿਆਂ ਮੁੰਡਿਆਂ ਉਸ ਦੀ ਇਸ ਬਯੌਂਤ ਦੀ ਪੁਸ਼ਟੀ ਕੀਤੀ ਤੇ ਇਹ ਗੱਲ ਸਰਬਸੰਮਤੀ ਨਾਲ ਪਾਸ ਹੋ ਗਈ ਡੰਡੀ ਠੀਕ ਉਸ ਵੇਲੇ ਜਦ ਉਹਨਾ ਇਹ ਸ਼ਰਾਰਤ ਸ਼ੁਰੂ ਕਰਨੀ ਸੀ ਫਾਟਿਕ ਦਾ ਛੋਟਾ ਭਰਾ ਮੱਖਣ ਘੁੰਮਦਾ ਫਿਰਦਾ ਉੱਧਰ ਆ ਨਿਕਲਿਆ ਤੇ ਬਿਨਾ ਕੋਈ ਗੱਲਬਾਤ ਕੀਤੇ ਉਹਨਾਂ ਦੇ ਸਾਹਮਣੇ ਗੇਲੀ ਉੱਤੇ ਆ ਕੇ ਬੈਠ ਗਿਆ ਡੰਡੀ ਥੋੜੇ ਚਿਰ ਲਈ ਸਾਰੇ ਮੁੰਡੇ ਉਲਝਣ ਵਿੱਚ ਪੈ ਗਏ ਡੰਡੀ ਉਹਨਾਂ ਵਿੱਚੋਂ ਇੱਕ ਨੇ ਦਰਦਿਆਂ ਦਰਦਿਆਂ ਮੱਖਣ ਨੂੰ ਪਰੇ ਤੱਕਿਆ ਤੇ ਉੱਥੋਂ ਉੱਠ ਜਾਣ ਲਈ ਕਿਹਾ ਪਰ ਮੱਖਣ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਹੀ ਨਾ ਦਿੱਤਾ ਡੰਡੀ ਉਹ ਫਾਸਫਰਾ ਬਾਗ ਚੁੱਪਚਾਪ ਸੋਚਾਂ ਵਿੱਚ ਡੁੱਬਾ ਉੱਤੇ ਬੈਠਾ ਰਿਹਾ ਜਿਵੇਂ ਕਿਤੇ ਖੇਡਾਂ ਦੀ ਨਿਰਾਰਥਤਾ ਬਾਰੇ ਸੋਚ ਰਿਹਾ होंदा है डंडी फाटक गुस्से बच्चे भर गया डंडी रेडी मक्खन उस चीक के कहा जे तू हूँ ना उठाया तो मैं मार मार तेरा चम ला देंगा मक्ख ਸਗੋਂ ਸੌਖਾ ਹੋ ਕੇ ਬੈਠ ਗਿਆ ਡੰਡੀ ਹੁਣ ਜੇ ਫਾਟਿਕ ਨੂੰ ਮੁੰਡਿਆਂ ਵਿੱਚ ਆਪਣਾ ਰੋਹਬ ਸੱਚਮੁੱਚ ਬਣਾਈ ਰੱਖਣ ਦੀ ਲੋੜ ਸੀ ਤਾਂ ਉਸ ਨੂੰ ਆਪਣਾ ਡਰਾਵਾ ਪੂਰਾ ਕਰਨਾ ਚਾਹੀਦਾ ਸੀ ਪਰ ਇਸ ਪ੍ਰੀਖਿਆ ਦੀ ਘੜੀ ਉਸ ਦਾ ਹੌਸਲਾ ਜੰਦਾ ਰਹਿਆ ਡੰਡੀ ਉਸ ਦੇ ਚੁਸਤ ਦਿਮਾਗ ਨੇ ਇੱਕ ਝਟ ਨਵੀਂ ਚਾਲ ਸੋਚ ਲਈ ਜਿਸ ਨਾਲ ਮੱਖਣ ਬੇਅਰਾਮ ਹੋ ਉੱਠੇ ਅਤੇ ਉਸ ਦੇ ਸਾਥੀਆਂ ਦੇ ਦਿਲ ਪਰਚਾਵੇ ਵਿੱਚ ਵੀ ਬਾਦਾ ਹੋ ਜਾਵੇ ਡੰਡੀ ਉਸ ਆਪਣੇ ਸਾਥੀਆਂ ਨੂੰ ਮੱਖਣ ਸਮੇਤ ਗਿੱਲੀ ਨੂੰ ਰੇੜਨ ਦਾ ਹੁਕਮ ਦਿੱਤਾ ਡੰਡੀ ਮੱਖਣ ਨੇ ਇਹ ਹੁਕਮ ਸੁਨਿਆ ਪਰ ਉਸ ਉੱਠਣ ਦਾ ਨਾ ਨਾ ਲਿਆ ਸਕੋਂ ਇਸ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾ ਬੈਠਾ ਡੰਡੀ ਉਸ ਉਹਨਾਂ ਲੋਕਾਂ ਬਾਗ ਜਿਹੜੇ ਕਈ ਹੋਰ ਗੱਲਾਂ ਵਿੱਚ ਦੁਨਿਆਵੀ ਪ੍ਰਸਿੱਧੀ ਖੱਟਣ ਦਾ ਯਤਨ ਕਰਦੇ ਹਨ ਇਸ ਗੱਲ ਵੱਲ ਉੱਕਾ ਕਾਮੀਚ ਲਈਆਂ ਕੇ ਇਸ ਤਰ੍ਹਾਂ ਬੈਠੇ ਰਹਿਣਾ ਨਾਲ ਉਸ ਦੇ ਲਈ ਮੁਸੀਬਤ ਖੜੀ ਹੋ ਜਾਵੇਗੀ ਡੰਡੀ ਮੁੰਡਿਆਂ 1 2 3 ਹਈ ਸ਼ਾਬਾ ਕ ਸਾਰਾ ਜੋਰ ਲਾ ਗੇਲੀ ਨੂੰ ਟੱਕਣਾ ਸ਼ੁਰੂ ਕੀਤਾ ਡੰਡੀ ਹਈ ਸ਼ਾਬਾ ਦੇ ਬੋਲ ਨਾਲ ਹੀ ਗੇਲੀ ਰਿੜ ਪਈ ਅਤੇ ਨਾਲ ਹੀ ਰਿੜ ਗਈ ਮੱਖਣ ਦੀ ਫਿਲਾਸਫੀ ਛਾਣ ਤੇ ਹੋਰ ਸਾਰਾ ਕੁਝ ਡੰਡੀ ਬਾਕੀ ਦੇ ਮੁੰਡੇ ਤਾਂ ਖੁਸ਼ੀ ਨਾਲ ਝਾਂਗਰਾ ਮਾਰਨ ਲੱਗ ਪਏ ਪਰ ਫਾਟਿਕ